ਇਹਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 7ਵਾਂ 3 ਪੂਜਾ ਦੀ ਸਰਬੰਗ ਸਮਤਾ ਅਭਿਆਸ ਨੰਬਰ 7.2 23 ਅਭਿਆਸ ਦੇ ਅਗਲੇ ਦੋ ਸਵਾਲ 7ਵਾਂ ਅਤੇ 8ਵਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਤੇ ਪੈਨ ਲੈ ਕੇ ਹਾਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਇਸੇ ਚੈਨਲ ਦੇ ਉੱਤੇ 7th ਇੰਗਲਿਸ਼ ਨਾਉਂ ਦੀ ਪਲੇਲਿਸਟ ਹੈ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪਨੀਆਂ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਸੋ ਚੈਨਲ ਤੇ ਜਾ ਕੇ 7th ਇੰਗਲਿਸ਼ ਨਾਮ ਦੀ ਪਲੇਲਿਸਟ ਖੋਲੋ ਤੇ ਇੰਗਲਿਸ਼ ਦੇ ਨਾਲ ਇੰਗਲਿਸ਼ ਦੇ ਨਾਲ ਜਿਹੜੇ ਸੰਬੰਧਿਤ ਵੀਡੀਓਜ਼ ਨੇ ਉਹ ਸਾਰੇ ਤੁਸੀਂ ਉੱਥੇ ਦੇਖ ਸਕਦੇ ਹੋ ਸੋ ਸਤਵਾਂ ਸਵਾਲੇ ਬੱਚਿਓ ਕਿਨੇ ਦਿੱਤੇ ਗਏ ਚਿੱਤਰ ਵਿੱਚ ਪੂਜਾ AD ਦਾ ਮੱਧ ਬਿੰਦੂ M ਹੈ ਇਹ ਪੂਜਾ AD ਹੈਗੀ ਹੈ ਤੇ M ਉਹਦਾ ਮੱਧ ਬਿੰਦੂ ਹੈ ਤੇ ਮੱਧ ਬਿੰਦੂ ਦਾ ਮਤਲਬ ਕੀ ਹੈ ਕਿ ਬਿਲਕੁਲ ਇਹ ਦੇ ਵਿਚਕਾਰ ਹੈ ਉਹਨਾਂ ਕੀ AM MD ਇਹਦਾ ਇਹ ਮਤਲਬ ਹੈ ਸੋ ਜਦੋਂ ਕੋਈ ਕਥਨ ਲਿਖਿਆ ਹੋਵੇ ਤੋ ਤੁਕੀ ਸਿੱਟਾ ਨਿਕਲਦਾ ਉਹ ਸਾਨੂੰ ਸਮਝ ਆਉਣਾ ਚਾਹੀਦਾ ਕਿ ਜੇ ਮੱਧ ਬਿੰਦੂ ਹੈ ਤੇ ਇਦਾਂ ਲਗੀ ਉਹ ਮੱਧ ਬਿੰਦੂ ਦੋ ਚੀਜ਼ ਹੈ ਦੋ ਜਿਹਦਾ ਮੱਧ ਬਿੰਦੂ ਹੈ ਉਹਨੂੰ ਦੋ ਬਰਾਬਰ ਦੇ ਹਿੱਸਿਆਂ ਚ ਵੰਡਦਾ ਪਿਆ ਅਤੇ ਕੋਣ A ਕੋਣ A ਇਹ ਵਾਲਾ BAM ਅਤੇ ਕੋਣ D MDC ਇਹ ਬਰਾਬਰ ਨੇ ਇਹ ਤੇ ਨਿਸ਼ਾਨ ਵੀ ਦਿੱਤਾ ਇਹਨਾਂ ਨੇ ਇੱਕ ਲਾਗੀ ਰੰਗ ਦਾ ਇਹ ਬਰਾਬਰ ਨੇ ਸਿੱਧ ਕਰੋ ਕਿ ਤ੍ਰਿਪੁਜ AMB ਤ੍ਰਿਪੁਜ AMB ਬਰਾਬਰ DMC ਇਹ ਮਣੀ ਸਰਵੰਗ ਸਮ ਹੈ DMC DMC ਸੋ ਦੇਖੀਏ ਕਿਦਾਂ ਕਰਨਾ ਸੋ ਬੱਚਿਓ ਚਿੱਤਰ ਇੱਥੇ ਤੁਹਾਡੇ ਸਾਹਮਣੇ ਫਿਰ ਹੈਗਾ ਹੁਣ ਦੇਖੋ ਦਿੱਤਾ ਹੈ MAD ਦਾ ਮੱਧ ਬਿੰਦੂ ਹੈ ਇਹ ਦਿੱਤੀ ਹੋਣੀ ਜਾਣਕਾਰੀ ਸਾਨੂੰ ਦਿੱਤੀ ਹੈ ਇਸ ਲਈ AM ਬਰਾਬਰ MD AM ਬਰਾਬਰ MD ਠੀਕ ਹੈ ਹੁਣ ਤ੍ਰਿਪੁਜ AMB ਅਤੇ ਤ੍ਰਿਭੁਜ DMC ਤ੍ਰਿਭੁਜ AMB ਅਤੇ ਤ੍ਰਿਭੁਜ DMC ਵਿੱਚ ਕੀ ਕੀ ਹੈਗਾ ਕੋਣ BAM ਕੋਣ BAM ਬਰਾਬਰ ਕੋਣ CDM BAM ਬਰਾਬਰ CDM ਦਿੱਤਾ ਹੈ ਅਤੇ AM MD M ਮਦਬਿੰਦੂ ਹੈ AM MD ਅਤੇ ਕੋਣ ਬੀ ਐਮ ਏ ਬਰਾਬਰ ਕੋਣ ਸੀ ਐਮ ਡੀ ਕੋਣ ਬੀ ਐਮ ਏ ਬਰਾਬਰ ਕੋਣ ਸੀ ਐਮ ਡੀ ਕਿਉ ਬੱਚਿਓ ਸ਼ਿਖਰ ਸੰਮੁਖ ਕੋਣ ਉਹ ਦੇਖੋ ਰੇਖਾਵਾਂ ਅਤੇ ਕੋਣ ਦਾ ਜੋ ਸਿਧਾਂਤ ਅਸੀਂ ਪੜਿਆ ਅਸੀਂ ਇੱਥੇ ਵਰਤਿਆ ਜਾ ਰਿਹਾ ਠੀਕ ਹੈ ਸੋ ਇਸ ਕਰਕੇ ਕੀ ਹੋ ਗਿਆ ਕੋਣ ਭੁਜਾ ਕੋਣ ਸੋ ਏ ਐਸ ਏ ਐਂਗਲ ਸਾਈਡ ਐਂਗਲ ਦੇ ਸਰਬੰਗ ਸਮਤਾ ਦੇ ਨਿਯਮ ਮੁਤਾਬਕ ਤ੍ਰਿਭੁਜ ਏ ਐਮ ਬੀ ਸਰਵੰਸਮਾਹ ਤ੍ਰਿਭੁਜ ਡੀ ਐਮ ਸੀ ਸੋ ਏ ਐਮ ਬੀ ਪਹਿਲੇ ਲਿਖ ਲਿਆ ਏ ਐਮ ਬੀ ਪਹਿਲੇ ਏ ਐਮ ਬੀ ਲਿਖਣਾ ਹੈ ਸੋ ਇਥੋਂ ਫਿਰ ਮੈਂ ਏ ਐਮ ਤੋਂ ਇਸ ਪਾਸੇ ਗਿਆ ਮਤਲਬ ਕਿ ਐਬीडी ਐਬीडी ਭੁਜਾ ਲਈਏ ਤੇ ਇਹਦੇ ਬਰਾਬਰ ਹੈ ਐਬीडी ਭੁਜਾ ਹੈਗੀ ਹੈ ਸੋ ਡੀ ਤੋਂ ਐਮ ਤੇ ਫਿਰ ਮੈਂ ਇਸ ਪਾਸੇ ਗਿਆ ਤੇ ਇਥੋਂ ਜਾਣ ਡੀ ਐਮ ਸੀ ਠੀਕ ਹੈ ਇਦਾਂ ਸਿੱਧ ਹੋ ਗਿਆ ਅੱਗੇ ਚੱਲੀਏ ਹੁਣ 8ਵਾਂ ਸਵਾਲ ਕਹਿੰਦੇ ਚਿੱਤਰ ਵਿੱਚ ਐਸ ਪੀ ਇਹ ਆਪਣਾ लंब है पी क्यूस पी लंब है पी क्यू ते मतलब नब्बे डिग्री है आर क्यू लंब है पी क्यू से सो आर क्यू लंब है पी क्यू नब्बे डिग्री है ठीक है सो पी आर एवला जन है बराबर एस क्यू क्यू एस एदान त्रिपुजा दोनों ए समकोण त्रिपुज ऐवला हो गया समकोण त्रिपुज ਇਹ ਸਮਕੋਣ ਤ੍ਰਿਭੁਜ ਹੋ ਗਿਆ ਸੋ ਦੋਨਾਂ ਦੇ ਕਰਣ ਜਿਹੜੇ ਨੇ ਉਹ ਬਰਾਬਰ ਨੇ ਹੁਣ ਦੋ ਭਾਗ ਨੇ ਕਹਿੰਦੇ ਤ੍ਰਿਭੁਜ PQR ਅਤੇ ਤ੍ਰਿਭੁਜ SPQR ਦੇ ਬਰਾਬਰ ਭਾਗ ਲਿਖੋ ਲਿਖ ਦਿੰਦੇ ਆ ਚਲੋ ਠੀਕ ਹੈ ਤੇ ਦੂਜਾ ਕਹਿੰਦੇ ਸਿੱਧ ਕਰੋ ਤ੍ਰਿਭੁਜ PQR ਸਰਬੰਗ ਸਮ ਹੈ ਤ੍ਰਿਭੁਜ QPS ਇਹ ਵੀ ਕਰ ਦਿੰਦੇ ਆ ਆਹ ਦੇਖੋ ਸੋ ਪਹਿਲਾ ਭਾਗ ਜਿਹੜਾ ਹੈ ਕਿ ਇਹਦੇ ਬਰਾਬਰ ਦੇ ਭਾਗ ਲਿਖੋ ਸੋ ਤ੍ਰਿਭੁਜ PQR ਅਤੇ ਤ੍ਰਿਭੁਜ SPQ ਦੇ ਤਿੰਨ ਬਰਾਬਰ ਭਾਗ ਹਨ PR QS ਆਪਣਾ ਐ ah. PR ਇਹ ਵળે PR QS ਦਿੱਤਾ ਹੈ ਉਹਨੇ ਕੀਆ ਹੈ ਸਵਾਲ ਦੇ ਵਿੱਚ ਤੇ PQ QP PR QP ਸਾਂਝੀ ਪੂਜਾ ਕਿਉਂਕਿ ਇਹ ਜਿਹੜੀ ਪੂਜਾ ਕੀ ਕੀ ਹੋਏਗੀ ਇਹ ਇਹ ਦੋਨੋਂ ਤ੍ਰਿਪੂਜਾਂ ਵਿੱਚ ਹੈਗੀ ਹੈ ਸਾਂਝੀ ਹੈ ਤੇ ਕੋਣ SPQ ਕੋਣ RQP ਇਹ ਵળે ਦੋ ਇਹ ਕੋਣ ਤੇ ਹੈ ਕੋਣ 90 ਡਿਗਰੀ ਕਿਉਂਕਿ ਉਹਨੇ ਕਿਹਾ ਕਿ SP ਇਹ ਤੇ ਲੰਭ ਹੈ ਤੇ RQ ਇਹ ਤੇ ਲੰਭ ਹੈ ਤੇ ਉਹਨੇ ਵੀ 90 ਡਿਗਰੀ ਨੇ ਸਵੈ ਵੀ ਦਿੱਤਾ ਸੋ ਤੈਨ ਜਿਹੜੇ ਭਾਗ ਨੇ ਇਹ ਬਰਾਬਰ ਸਾਡੇ ਕੋਲ ਉਪਲਬਧ ਨੇ ਇਹ ਹੋ ਗਿਆ ਪਹਿਲਾ ਸਾਡਾ ਪਾ ਹੁਣ ਦੂਜਾ ਭਾਗ ਬੱਚੋ ਸਿੱਧ ਕਰਨਾ ਹੈ ਕਿ ਤ੍ਰਿਭੁਜ PQR ਅਤੇ ਤ੍ਰਿਭੁਜ QPS ਇਹ ਕੀ ਹੈਗੇ ਨੇ ਸਰਬੰਗ ਸਮ ਹਨ ਸੋ ਇਹਨਾਂ ਵਿੱਚ ਦੇਖਣਾ ਹੈ ਇਹ ਦੋਨਾਂ ਵਿੱਚ ਲੈ ਲਿਆ PR QS PR QS ਦਿੱਤਾ ਹੈ ਇਹ ਗੱਲ ਜਾਣਕਾਰੀ ਦਿੱਤੀ ਹੈ ਉਹਨਾਂ ਨੇ PQ QP PQ QP ਇਹ ਸੰਜੀਪੂਜਾ ਹੈ ਤੇ ਕੋਣ SPQ ਕੋਣ RPQ 90 ਡਿਗਰੀ ਐ ਵੀ ਦਿੱਤਾ ਹੈ so rhs ਦੇ ਸਰਬੰਗ ਸਮਤਾ ਦੇ ਨਿਯਮ ਮੁਤਾਬਕ ਕੋ ਤ੍ਰਿਪੁਜ p ਕੀွာ ਸਰਬੰਗ ਸਮ ਹੈ ਤ੍ਰਿਪੁਜ qps r ਦਾ ਮਤਲਬ ਹੈ ਬੱਚੋ ਰਾਈਟ ਐਂਗਲ h ਦਾ ਮਤਲਬ ਹੈ ਹਾਈਪੋਟੈਨਿਊਸ ਤੇ s ਦਾ ਮਤਲਬ ਹੈ ਸਾਈਡ so r ਦਾ ਮਤਲਬ ਹੈ ਰਾਈਟ ਐਂਗਲ ਅਰਥਾਤ ਸਮਕੋਣ ਤੇ h ਦਾ ਮਤਲਬ ਹਾਈਪੋਟੈਨਿਊਸ ਅਰਥਾਤ ਕਰਨ ਤੇ s ਦਾ ਮਤਲਬ ਹੈ ਸਾਈਡ ਅਰਥਾਤ ਪੂਜਾ ਹੁਣ ਬੱਚੇ ਦੇਖੋ pqr ਮੈਂ ਲਿਖ ਲਿਆ ਪਹਿਲੇ ਪਹਿਲੇ ਮੈਂ ਲਿਖ ਲਿਆ p q r ਇਹ ਤਾਂ ਲਈ ਮੈਂ ਕਿਧਰੋਂ ਸ਼ੁਰੂ ਕੀਤਾ ਮੈਂ ਸ਼ੁਰੂ ਕੀਤਾ ਹੈ ਇਹ ਤੋਂ ਇਹ ਸਮਕੋਣ ਤੋਂ ਸੋ ਇੱਥੇ ਪੀ ਸਮਕੋਣ ਤੋਂ ਸ਼ੁਰੂ ਕੀਤਾ ਤੇ ਦੂਜਾ ਤ੍ਰਿਭੁਜ ਮੈਂ ਉਹਦਾ ਲਹਾਂਗਾ ਮੈਂ ਕਿਊ ਤੋਂ ਸ਼ੁਰੂ ਕਰਾਂਗਾ ਤੇ ਮੈਂ 30 ਤੋਂ ਕਿਊ ਵਾਲੇ ਪਾਸੇ ਆਇਆ ਤੇ ਕਿਊ ਤੋਂ ਮੈਂ ਪੀ ਵਾਲੇ ਪਾਸੇ ਆਵਾਂਗਾ ਤੇ ਫਿਰ ਮੈਂ ਐਸ ਇੱਥੇ ਜਾਵਾਂਗਾ ਸੋ ਆ ਬੰਦਾ ਕਿਊ ਪੀ ਐਸ ਪੀ ਦੇਖੋ ਕਿਊ ਨਾਲ ਮੇਲ ਖਾ ਰਿਹਾ ਪੀ ਕਿਊ ਨਾਲ ਮੇਲ ਖਾ ਰਿਹਾ ਕਿਊ ਜਿਹੜਾ ਹੈ ਉਹ ਪੀ ਨਾਲ ਮੇਲ ਖਾ ਰਿਹਾ ਕਿਊ ਪੀ ਨਾਲ ਮੇਲ ਖਾ ਰਿਹਾ ਤੇ ਆਰ ਜਿਹੜਾ ਹੈ ਐਸ ਨਾਲ ਮੇਲ ਖਾ ਰਿਹਾ ਆਰ ਜਿਹੜਾ ਹੈ ਇਹ ਵळे ਐਸ ਨਾਲ ਮੇਲ ਖਾ ਰਿਹਾ ਠੀਕ ਹੈ ਸੋ ਇਹ ਬੱਚਿਓ ਇਹ ਜਿਹੜਾ ਇੱਕ ਇਹ ਜਿਹੜਾ ਕੋਣ ਹੈ ਇਹ ਵਲਾ ਇਹ ਛੋਟਾ ਕੋਣ ਇਹ ਇਸ ਛੋਟੇ ਕੋਣ ਦੇ ਬਰਾਬਰ ਹੈ ਤੇ ਇਹ ਕੋਣ ਜਿਹੜਾ ਹੈਗਾ ਸੰਗਤ ਕੋਣ ਇਹ ਇਹਦੇ ਬਰਾਬਰ ਹੈਗਾ ਤੇ ਇਹ ਐਸ ਪੀ ਤੇ ਪੀ ਕਿਊ ਵੀ ਬਰਾਬਰ ਹੋ ਜਾਣਗੇ ਜੇ ਸਵਾਲ ਪੁੱਛਣ ਤੇ ਠੀਕ ਹੈ ਨਾ ਤੇ ਇਹ ਹੈ ਕਿ ਦੋਨੋਂ ਬਰਾਬਰ ਨੇ ਕਿਉਂ ਕਹਾਂ ਕਿਉਂ ਬਰਾਬਰ ਨੇ ਕਿਉਂਕਿ ਇਹ ਸੰਗਤ ਭੁਜਾਵਾਂ ਨੇ ਸਰਬੰਗਸਮ ਤ੍ਰਿਭੁਜ ਦੀਆਂ ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਜਿੱਥੇ ਕਿਤੇ ਸਮਕੋਣ ਆ ਜਾਏ ਉੱਥੇ ਸੰਭਾਵਨਾ ਹੁੰਦੀ ਹੈ ਉਹਨੇ ਕਰਨ ਹੈਗਾ ਦੇਖੋ ਇਹ ਜਿਹੜਾ ਕਰਨ ਦਿੱਤਾ ਸੀ ਬਰਾਬਰ ਹੈ ਇਹਦਾ ਕਰਨ ਤ੍ਰਿਭੁਜ ਦਾ ਐਸਕਿਊ ਹੈਗਾ ਤੇ ਇਹ ਵਾਲੇ ਤ੍ਰਿਭੁਜ ਦਾ ਕਰਨ ਇਹ ਤੁਹਾਡਾ ਪੀ ਆਰ ਹੈਗਾ ਸੋ ਦੋਨੋਂ ਕਰਨ ਬਰਾਬਰ ਨੇ ਹਾਈਪੋਟੈਨਿਊਸ ਦੋਨੋਂ ਤ੍ਰਿਭੁਜਾਂ ਦੇ ਕਰਨ ਬਰਾਬਰ ਨੇ ਤੇ ਇੱਕ ਸਮਕੋਣ ਵੀ ਹੈਗਾ ਤੇ ਇੱਕ ਨਾਲ ਪੂਜਾ ਬਰਾਬਰ ਹੈ ਕਿ ਹੈ ਪੂਜਾ ਕਿਣੀ ਬਰਾਬਰ ਹੈ ਉਹ ਕਯੂ ਪੀ ਤੇ ਪੀ ਕਯੂ ਜਿਹੜੀ ਕਿ ਸਾਂਝੀ ਹੈ ਸੋ ਬੱਚੋ ਜਦੋਂ ਵੀ ਸਮਕੋਣ ਤ੍ਰਿਭੁਜ ਆ ਜਾਏ ਤੇ ਉਹਦਾ ਇੱਕ ਕਰਨ ਮੈਨੂੰ ਦੋਨਾਂ ਦਾ ਕਰਨ ਬਰਾਬਰ ਹੋਵੇ ਤੇ ਫਿਰ ਤੁਹਾਨੂੰ ਇਸ ਗੱਲ ਦੀ ਖਿਆਲ ਰੱਖਣੀ ਹੈ ਕਿ ਸਰਬੰਗ ਸਮਤਾ ਹੋ ਸਕਦਾ ਹੈ ਆਰ ਐਚ ਐਸ ਪਲੇ ਪਾਸੇ ਜਾ ਰਹੀ ਹੋਵੇ ਇਸ ਇਸ ਗੱਲ ਦੀ ਸੰਭਾਵਨਾ ਦਿਮਾਗ ਚ ਰੱਖਣੀ ਹੈ ਦੂਜਾ ਵੀ ਤਰੀਕਾ ਹੋ ਸਕਦਾ ਹੈ ਉਹ اے ਐਸ ਏ ਵੀ ਹੋ ਸਕਦਾ ਹੈ ਕੋਣ ਭੁਜਾ ਕੋਣ ਵੀ ਹੋ ਸਕਦਾ ਹੈ ਪਰ ਜੇ ਵਿੱਚ ਕਰਨ ਵੀ ਆ ਰਿਹਾ ਤੇ 90 ਡਿਗਰੀ ਦਾ ਕੋਣ ਵੀ ਆ ਰਿਹਾ ਤੇ ਫਿਰ ਤੁਸੀਂ ਧਿਆਨ ਰੱਖੋ ਕਿ ਆਰ ਐਚ ਐਸ ਵਾਲੇ ਪਾਸੇ ਤੁਸੀਂ ਸੋਚਣ ਦਾ ਯਤਨ ਕਰੋ ਸੂਏ ਸਾਰੇ ਪਿਆਰੇ ਵਿਦਿਆਰਥੀਓ ਤੁਹਾਡੇ 7ਵਾਂ ਤੇ 8ਵਾਂ ਸਵਾਲ ਅਭਿਆਸ ਨੰਬਰ 7.2 ਦਾ ਕਿ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਦੇ ਨਾਲ ਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ